ਫੋਗੀਤ ਲੋਕਗੀਤ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਸ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਤੁਹਾਡੀ ਲੰਮੀ ਉਡੀਕ ਤੋਂ ਬਾਅਦ ਪਵਨ ਆਪਣੇ ਵਿਚਕਾਰ ਪਹੁੰਚ ਚੁੱਕੀ ਹੈ ਅਤੇ ਤੁਹਾਡੀਆਂ ਦੁਆਵਾਂ ਸਦਕਾ ਜਿਹੜਾ ਉਹ ਔਖਾ ਸਮਾਂ ਸੀ ਉਹ ਲੰਘ ਗਿਆ ਅਤੇ ਪਰਿਵਾਰ ਸਾਰਾ ਠੀਕ ਠਾਕ ਹੈ ਜੀ। ਪਰਿਵਾਰ ਦੀ ਆਗਿਆ ਨਾਲ ਪਵਨ ਇੱਥੇ ਆਈ ਹੈ ਅਤੇ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਵੱਧ ਤੋਂ ਵੱਧ ਕੰਮ ਕਰੋ। ਇੱਕ ਸਮਾਂ ਅਜਿਹਾ ਵੀ ਸੀ ਥੋੜ੍ਹਾ ਲੱਗਣ ਲੱਗ ਗਿਆ ਸੀ ਕਿ ਪਤਾ ਨਹੀਂ ਕੁਛ ਠੀਕ ਹੋਊਗਾ ਜਾਂ ਨਾ, ਹੈ ਨਾ, ਕੰਮ ਥੋੜ੍ਹਾ ਰੁਕ ਗਿਆ ਸੀ, ਪਰ ਤੁਹਾਡੀਆਂ ਦੁਆਵਾਂ ਸਦਕਾ ਦੁਬਾਰਾ ਤੋਂ ਸਾਰਾ ਕੁਛ ਠੀਕ ਹੋ ਗਿਆ। ਆਸ ਕਰਦੇ ਹਾਂ ਕਿ ਇੱਦਾਂ ਹੀ ਜ਼ਿੰਦਗੀ ਹੱਸਦੇ ਖੇਡਦੇ ਚੱਲਦੀ ਰਹੂਗੀ। ਅਤੇ ਪਵਨ ਦੇ ਨਾਲ ਇੱਕ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਤੁਹਾਨੂੰ ਅਸੀਂ ਅੱਜ ਸੁਣਾਵਾਂਗੇ। ਕੋਣਾ ਤਾਂ ਬੀੜੀ ਵੀਰਾ ਮਹਿਲਾਂ ਨੂੰ ਜਾਈ ਵੇ, ਮਹਿਲਾਂ ਦੇ ਅੰਦਰ ਵੀਰਾ ਬੰਨੋ ਦਾ ਬਾਬਲ ਵੇ, ਉਹਨੂੰ ਤਾਂ ਜਾ ਕੇ ਵੀਰਾ ਸੀਸ ਨਵਾਈ ਵੇ, ਉਹਨੇ ਤਾਂ ਬਖਸ਼ਿਆ ਵੀਰਾ ਬੰਨੋ ਦਾ ਡੋਲਾ ਵੇ। ਕੋੜਾ ਤਾਂ ਬੀੜੀ ਵੀਰਾ ਮਹਿਲਾਂ ਨੂੰ ਜਾਈ ਵੇ, ਮਹਿਲਾਂ ਦੇ ਅੰਦਰ ਵੀਰਾ ਬੰਨੋ ਦਾ ਚਾਚਾ ਵੇ, ਉਹਨੂੰ ਤਾਂ ਜਾ ਕੇ ਵੀਰਾ ਸੀਸ ਨੇ ਵਾਈ ਵੇ, ਉਹਨੇ ਤਾਂ ਬਖਸ਼ਿਆ ਵੀਰਾ ਬੰਨੋ ਦਾ ਡੋਲਾ ਵੇ। ਕੋੜਾ ਤਾਂ ਬੀੜੀ ਵੀਰਾ ਮਹਿਲਾਂ ਨੂੰ ਜਾਈ ਵੇ, ਮਹਿਲਾਂ ਦੇ ਅੰਦਰ ਵੀਰਾ ਬੰਨੋ ਦਾ ਮਾਮਾ ਵੇ, ਉਹਨੂੰ ਤਾਂ ਜਾ ਕੇ ਵੀਰਾ ਸੀਸ ਨੇ ਵਾਈ ਵੇ, ਉਹਨੇ ਤਾਂ ਬਖਸ਼ਿਆ ਵੀਰਾ ਬੰਨੋ ਦਾ ਡੋਲਾ ਵੇ, ਉਹਨੇ ਤਾਂ ਬਖਸ਼ਿਆ ਵੀਰਾ ਬੰਨੋ ਦਾ ਡੋਲਾ ਵੇ। ਸੋ ਕਿਵੇਂ ਦਾ ਲੱਗਿਆ ਲੋਕ ਗੀਤ ਜੀ, ਕਮੈਂਟ ਕਰਕੇ ਜ਼ਰੂਰ ਦੱਸਿਓ। ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।